ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਅਤੇ ਨਿਊ ਵੀਡੀਓ ਜੀ। ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ। ਅੱਜ ਵੀਰ ਅਸੀਂ ਤੁਹਾਡੇ ਲਈ 3 ਟਰੈਕਟਰ ਦੀ ਇੱਕ ਗੱਡੀ ਲੈ ਕੇ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੇਖ ਰਹੇ ਹੋ ਵੀਰ ਜੀ ਟਰੈਕਟਰ, ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀਰ ਜੀ, ਅਰਜਨ 605 DI ਟਰੈਕਟਰ ਹੈ ਵੀਰ। ਅਰਜਨ 605 DI ਅਤੇ ਹੁੱਡ ਛਤਰੀ ਲੱਗੇ ਹੋਏ ਵੀਰ ਜੀ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਵੀਰ ਦੇ ਦੱਸਣ ਮੁਤਾਬਕ ਵੀਰ ਜੀ ਪੂਰੀ ਸਾਫ਼ ਸੋਹਣੀ ਨੰਬਰ 1 ਕੰਡੀਸ਼ਨ ਦਾ ਟਰੈਕਟਰ ਪਿਆ ਵੀਰ ਜੀ। ਨੋਵੋ ਮਾਡਲ ਹੈ ਵੀਰ ਜੀ, 605 DI ਹੈ, 17 ਮਾਡਲ ਹੈ ਵੀਰ ਜੀ। ਟਰੈਕਟਰ ਫੁੱਲ ਸਾਫ਼, ਕੋਈ ਟੱਚਿੰਗ ਵਚਿੰਗ ਨਹੀਂ ਹੈ, ਪੂਰਾ ਸਾਫ਼ ਵਧੀਆ ਟਰੈਕਟਰ ਪਿਆ ਵੀਰ ਜੀ। ਅਤੇ 70 ਪੈਸੇ ਪਏ ਨੇ ਵੀਰ ਇਹਦੇ ਟਾਇਰ, ਟਰੈਕਟਰ ਦੇ ਏਰੀਆ ਵੀਰ ਜੀ ਫੋਨ 'ਤੇ ਕਨਫਰਮ ਕਰ ਸਕਦੇ। ਵੀਰ ਨੇ ਏਰੀਆ ਨਹੀਂ ਦੱਸਿਆ ਹੋਇਆ, ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਸਾਨੂੰ ਐਡ ਭੇਜਦੇ ਨੇ ਵੀਰ ਜੀ, ਏਰੀਆ ਸਾਰਾ ਕੁਛ ਦੱਸਿਆ ਕਰੋ। ਏਰੀਆ ਹੋ ਗਿਆ, ਜਿੰਨੀਆਂ ਵੀ ਚੀਜ਼ਾਂ ਤੋਂ ਵੀਡੀਓ ਵਿੱਚ ਦੇਖ ਰਹੇ ਹੋ, ਫੋਨ ਨੰਬਰ, ਟਾਇਰ, ਏਰੀਆ, ਪ੍ਰਾਈਜ਼, ਮਾਡਲ, ਟਰੈਕਟਰ ਦਾ ਨਾਂ, ਇਹ ਸਾਰੀ ਚੀਜ਼ ਸਾਨੂੰ ਪੂਰੀਆਂ ਕੰਪਲੀਟ ਲਿਖ ਕੇ ਭੇਜਿਆ ਕਰੋ, ਨਾਲ ਫੋਟੋਆਂ ਭੇਜਿਆ ਕਰੋ ਜੀ। ਉਦੋਂ ਬਾਅਦ ਹੀ ਤੁਹਾਡੀ ਐਡ ਅਸੀਂ ਪ੍ਰੋਪਰ ਤਰੀਕੇ ਨਾਲ ਬਣਾ ਕੇ ਲਗਾਵਾਂਗੇ, ਅਤੇ ਫਿਰ ਕਾਫ਼ੀ ਆਸਾਨੀ ਹੋ ਜਾਂਦੀ ਵੀਰਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਏਰੀਏ ਦਾ ਟਰੈਕਟ ਹੈ ਵੀਰ ਇਹ। ਇਸ ਕਰਕੇ ਕੰਪਲੀਟ ਚੀਜ਼ਾਂ ਭੇਜਿਆ ਕਰੋ ਜੀ। ਇੱਕ ਰੇਟ ਥੋੜ੍ਹਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ, ਇਹ ਟਰੇਡ ਦਾ ਰੇਟ ਹੈਗਾ ਜੀ 6 ਲੱਖ ਰੁਪਇਆ। ਇਹ ਫੈਡਰਲ ਰੇਟ ਨਹੀਂ ਜੀ, ਮੌਕੇ 'ਤੇ ਰੇਟ ਉੱਪਰ ਨੀਚੇ ਹੋ ਜੂਗਾ ਜੀ। ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਰੇਟ ਥੋੜ੍ਹਾ ਜਿਹਾ ਮਾਰਕੀਟ ਦੇ ਹਿਸਾਬ ਨਾਲ ਇੱਧਰ ਉੱਧਰੋਂ ਪੁੱਛ ਪੱਛ ਕੇ ਵੀ ਕੀ ਰੇਟ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਕਿਸਾਨ ਵੀਰ ਨੂੰ, ਅਤੇ ਕਈ ਵਾਰੀ ਇੱਧਰ ਉੱਧਰ ਪੁੱਛ ਕੇ ਅਤੇ ਤੁਸੀਂ ਆਪਣਾ ਰੇਟ ਪਵਾਇਆ ਕਰੋ। ਅਤੇ ਕਈ ਵੀਰ ਜ਼ਿਆਦਾ ਰੇਟ ਪਵਾ ਦਿੰਦੇ ਨੇ, ਫਿਰ 10 ਦਿਨਾਂ ਬਾਅਦ ਐਡ ਭੇਜ ਦਿੰਦੇ ਨੇ, ਸਾਡਾ ਰੇਟ ਸੇਲ ਨਹੀਂ ਹੋਇਆ ਜੀ, ਦੁਬਾਰੇ ਲਾ ਦਿਓ, ਫਿਰ ਉਹ ਰੇਟ ਘੱਟ ਦੱਸ ਦਿੰਦੇ ਨੇ ਵੀ ਪਹਿਲਾਂ ਹੀ ਵੀਰ ਤੁਸੀਂ ਉਹਨੇ ਲਾ ਕੇ ਚੱਲੋ ਜਿੰਨੇ ਦਾ ਤੁਸੀਂ ਵੇਚਣਾ, ਵੇਚਣ ਵਾਲੀਆਂ ਗੱਲਾਂ ਕਰਿਆ ਕਰੋ। ਅਤੇ ਫਾਰਮ ਟਰੈਕ 45 ਟਰੈਕਟ ਦੇਖ ਰਹੇ ਵੀਰ ਜੀ, ਅਗਲਾ ਜਿਹੜਾ ਟਰੈਕਟ ਹੈ ਇਹ ਫਾਰਮ ਟਰੈਕ 45 ਟਰੈਕਟਰ ਹੈ ਜੀ, ਅਤੇ 2007 ਮਾਡਲ ਟਰੈਕਟ ਹੈ, 2007। ਅਤੇ ਪ੍ਰਾਈਜ਼ ਹੈਗਾ ਵੀਰ ਇਹਦਾ 2,60,000 ਰੁਪਏ ਦੀ ਡਿਮਾਂਡ ਰੱਖੀ ਵੀਰ ਜੀ ਨੇ, ਗੰਗਾ ਨਗਰ ਏਰੀਆ ਵੀਰ ਜੀ, ਰਾਜਸਥਾਨ ਗੰਗਾ ਨਗਰ ਏਰੀਆ ਟਰੈਕਟ ਵੀਰ। 60 ਪੈਸੇ ਟਾਇਰ ਪਏ ਟਰੈਕਟ ਦੇ ਜੀ, ਤੁਸੀਂ ਦੇਖ ਰਹੇ ਹੋ। ਕਿਸਾਨ ਵੀਰ ਜਿਹੜਾ ਨੰਬਰ ਹੈ ਸਕਰੀਨ ਦੇ ਥੱਲੇ ਸ਼ੋਅ ਹੋ ਰਿਹਾ, ਜਿਹਦੇ ਤੁਸੀਂ ਕਾਲ ਕਰਕੇ ਟਰੈਕਟ ਖਰੀਦ ਸਕਦੇ ਹੋ, ਕੰਡੀਸ਼ਨ ਤੁਹਾਡੇ ਸਾਹਮਣੇ ਜੀ। ਅਤੇ ਮਾਡਲ ਦੇ ਹਿਸਾਬ ਨਾਲ ਟਰੈਕਟ ਦੀ ਕੰਡੀਸ਼ਨ ਵਧੀਆ ਪਈ ਹੈ ਜੀ, ਹੁੱਡ ਛਤਰੀ ਲੱਗੇ ਹੋਏ ਆ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਚਾਲੂ ਹਾਲਤ ਵਿੱਚ ਇਹ ਟਰੈਕਟ ਖੜ੍ਹਾ ਵੀਰ ਜੀ। ਜੇਕਰ ਤੁਸੀਂ ਵੀ ਕੋਈ ਆਪਣੇ ਖੇਤੀਬਾੜੀ ਸੰਦ, ਟਰੈਕਟਰ, ਟਰੋਲੀ, ਕੋਈ ਵੀ ਜੀ ਮਸ਼ੀਨਰੀ ਹੋ ਗਈ ਖੇਤੀਬਾੜੀ ਦੇ ਰਿਲੇਟ ਕਰਦੀ ਹੈ, ਜਾਂ ਕੋਈ ਗੱਡੀ ਹੋ ਗਈ, ਮੋਟਰਸਾਈਕਲ ਹੋ ਗਿਆ, ਉਹਦੀ ਐਡ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਕਰਾਉਣਾ ਚਾਹੁੰਦੇ ਜੀ, ਬਿਲਕੁਲ ਫ੍ਰੀ ਵਿੱਚ ਜੀ, ਕੋਈ ਖਰਚਾ ਨਹੀਂ ਦੇਣਾ ਜੀ ਤੁਸੀਂ। ਤੁਹਾਡਾ 1 ਰੁਪਿਆ ਲੱਗਣਾ, ਤੁਹਾਡੀ ਐਡ ਸਾਡੇ ਚੈਨਲ 'ਤੇ ਹੋ ਜੂਗੀ, ਅਤੇ ਤੁਸੀਂ ਘਰ ਬੈਠੇ ਹੀ ਆਪਣਾ ਸੰਦ ਸੇਲ ਕਰ ਸਕੋਗੇ। ਤਾਂ ਐਡ ਪਵਾਉਣ ਦੇ ਲਈ ਤੁਸੀਂ ਜੀ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਖਿੱਚ ਕੇ ਸਾਨੂੰ ਭੇਜਣੀ ਹੈ ਜੀ, ਨਾਲ ਹੀ ਆ ਸਾਰੀ ਜਾਣਕਾਰੀ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ, ਟਰੈਕਟਰ, ਮਾਡਲ, ਪ੍ਰਾਈਜ਼, ਏਰੀਆ ਜੀ, ਇੱਕ ਫੋਨ ਨੰਬਰ, ਇਹ ਸਾਰਾ ਕੁਛ ਲਿਖ ਕੇ ਟਾਇਰਾਂ ਦੀ ਕੰਡੀਸ਼ਨ ਸਾਡੇ ਵਟਸਐਪ ਨੰਬਰ 'ਤੇ ਭੇਜ ਦਿਓ। ਵਟਸਐਪ ਨੰਬਰ ਸਾਡਾ ਵਾਰ ਵਾਰ ਚਿੱਟੇ ਅੱਖਰਾਂ ਦੇ ਵਿੱਚ ਸ਼ੋਅ ਹੋ ਰਿਹਾ ਜੀ, ਅਤੇ ਜਿਹੜਾ ਤੁਸੀਂ ਨੋਟ ਕਰਕੇ ਸਾਨੂੰ ਇਹ ਸਾਰਾ ਕੁਛ ਭੇਜ ਸਕਦੇ ਹੋ। ਤੁਹਾਡੀ ਐਡ ਐਡ ਭੇਜਣ ਤੋਂ ਬਾਅਦ ਅਸੀਂ ਆਪਣੇ ਚੈਨਲ 'ਤੇ ਲਗਾ ਦਿਆਂਗੇ ਜੀ, ਕੋਈ ਖਰਚਾ ਨਹੀਂ, ਨਾ ਹੀ ਕਿਸੇ ਟਰੈਕਟ ਵਿਕਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਤਾ ਜਾਂਦਾ, ਸਿੱਧੀ ਤੁਹਾਡੇ ਨਾਲ ਨੰਬਰ ਦਿੱਤਾ ਜਾਂਦਾ, ਤੁਹਾਡੇ ਨਾਲ ਹੀ ਕੰਟੈਕਟ ਕਰਕੇ ਸਿੱਧੇ ਕਿਸਾਨ ਵੀਰ ਆਪਦੀ ਡੀਲ ਕੰਪਲੀਟ ਕਰ ਸਕਦੇ ਨੇ ਜੀ। ਅੱਗੇ ਜਿਹੜੀ ਗੱਡੀ ਦੇਖ ਰਹੇ ਹੋ ਵੀਰ ਜੀ, ਮਰੂਤੀ ਗੱਡੀ ਹੈ ਜੀ, 2001 ਮਾਡਲ ਹੈ, 45,000 ਰੁਪਇਆ ਡਿਮਾਂਡ ਰੱਖੀ ਵੀਰ ਨੇ, ਮੁਕਤਸਰ ਸਾਹਿਬ ਏਰੀਆ ਜਿਹਨਾਂ ਦਾ, 50 ਪੈਸੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ, ਅਤੇ ਸਾਫ਼ ਗੱਡੀ ਹੈ ਜੀ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਕਿਸਾਨ ਵੀਰ ਜਿਹੜਾ ਨੰਬਰ ਹੈ ਜੀ ਥੱਲੇ ਹੈ ਜੀ, 38 ਸ਼ੋਅ ਹੋ ਰਿਹਾ ਜੀ, ਦਿੱਲੀ ਨੰਬਰ ਗੱਡੀ ਹੈ ਜੀ, ਅਤੇ ਬਿਲਕੁਲ ਸਾਫ਼, ਕੋਈ ਟੱਚਿੰਗ ਟੁਚਿੰਗ ਨਹੀਂ, ਗੱਡੀ ਬਿਲਕੁਲ ਸਾਫ਼ ਪਈ ਗੱਡੀ ਹੈ ਜੀ। ਜੇਕਰ ਕੋਈ ਵੀ ਕਿਸਾਨ ਵੀਰ ਲੈਣਾ ਚਾਹੁੰਦਾ ਜੀ, ਤੁਸੀਂ ਵੀਰ ਨਾਲ ਕੰਟੈਕਟ ਕਰਕੇ ਗੱਡੀ ਖਰੀਦ ਸਕਦੇ ਜੀ। 45,000 ਰੁਪਏ ਦੀ ਡਿਮਾਂਡ, 2001 ਮਾਡਲ ਦੀ ਮਰੂਤੀ ਗੱਡੀ ਹੈ ਜੀ, ਮੁਕਤਸਰ ਸਾਹਿਬ ਏਰੀਆ ਵੀਰ ਇਹਨਾਂ ਦਾ। ਸਾਡੇ ਚੈਨਲ 'ਤੇ ਵੀਰ ਜਿੰਨੇ ਵੀ ਟਰੈਕਟ ਤੁਹਾਨੂੰ ਦਿਖਾਏ ਜਾਂਦੇ ਨੇ, ਉਹ ਮੰਡੀਆਂ ਵਾਲੇ ਟਰੈਕਟ ਨਹੀਂ ਹੁੰਦੇ ਵੀਰ, ਕਿਸੇ ਡੀਲਰ ਵਾਲੇ ਟਰੈਕਟ ਨਹੀਂ ਹੁੰਦੇ, ਨਾ ਹੀ ਮੰਡੀਆਂ ਵਾਲੇ ਹੁੰਦੇ ਆ, ਨਾ ਹੀ ਕੋਈ ਕਮਿਸ਼ਨ ਬੇਸ 'ਤੇ ਜਿਹੜਾ ਵੀਰ ਕੰਮ ਕਰਦੇ ਨੇ ਉਹਨਾਂ ਦੇ ਟਰੈਕਟ ਹੁੰਦੇ ਨੇ। ਸਾਡੇ ਚੈਨਲ 'ਤੇ ਸਿਰਫ ਔਰ ਸਿਰਫ ਜਿਹੜੇ ਲੋਕਲ ਕਿਸਾਨ ਵੀਰ ਆਪਦੇ ਘਰੇ ਵਰਤ ਰਹੇ ਨੇ ਟਰੈਕਟ 'ਤੇ ਵੇਚਣਾ ਚਾਹੁੰਦੇ ਨੇ, ਉਹੀ ਟਰੈਕਟ ਹੁੰਦੇ ਨੇ ਵੀਰ, ਕਿਸਾਨ ਵੀਰ ਹੀ ਸਾਨੂੰ, ਲੋਕਲ ਕਿਸਾਨ ਵੀਰ ਸਾਨੂੰ ਐਡ ਭੇਜਦੇ ਨੇ, ਉਹੀ ਐਡ ਅਸੀਂ ਆਪਣੇ ਆਪਦੇ ਚੈਨਲ 'ਤੇ ਲਗਾਈ ਦੀ ਹੈ ਜੀ, ਐਡ ਬਿਲਕੁਲ ਫ੍ਰੀ ਲਗਾਈ ਦੀ ਹੈ ਜੀ। ਐਡ ਲਗਾਉਣ ਤੋਂ ਬਾਅਦ ਸਿੱਧੇ ਤੁਸੀਂ ਕਿਸਾਨ ਵੀਰ ਨਾਲ ਗੱਲ ਕਰਕੇ ਆਪਣੀ ਡੀਲ ਕੰਪਲੀਟ ਕਰ ਦਿਓ, ਸਾਡਾ ਵਿੱਚ ਕੋਈ ਰੋਲ ਨਹੀਂ ਹੁੰਦਾ, ਸਾਡਾ ਐਡ ਲਗਾਉਣ ਦਾ ਕੰਮ ਹੁੰਦਾ ਵੀਰ। ਅਤੇ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਚੈਨਲ ਨੂੰ, ਤੁਹਾਡਾ ਬਹੁਤ ਧੰਨਵਾਦ ਜੀ। ਹੋਰ ਵੀ ਕਿਸਾਨਾਂ ਦਾ ਫਾਇਦਾ ਹੋ ਸਕੂਗਾ ਜੀ, ਜਿਹੜੇ ਮੰਡੀਆਂ ਦੇ ਵਿੱਚ ਲੁੱਟੇ ਜਾ ਰਹੇ ਨੇ, ਉਹਨਾਂ ਤੱਕ ਤੁਸੀਂ ਇਹ ਵੀਡੀਓ ਪਹੁੰਚਾਓ, ਸਾਡੀਆਂ ਵੀਡੀਓ ਤੁਸੀਂ ਵਟਸਐਪ ਗਰੁੱਪਾਂ ਵਿੱਚ, ਫੇਸਬੁੱਕ 'ਤੇ ਸ਼ੇਅਰ ਕਰੋ, ਤਾਂ ਕਿ ਹੋਰ ਵੀ ਕਿਸਾਨਾਂ ਦਾ ਫਾਇਦਾ ਹੋ ਸਕੇ ਅਤੇ ਸਾਡੀ ਵੀ ਥੋੜ੍ਹੀ ਜਿਹੀ ਮਦਦ ਹੋ ਸਕੇ ਵੀਰ।
ਅਸੀਂ ਕਿਸੇ ਤੋਂ 1 ਰੁਪਿਆ ਨਹੀਂ ਲੈਂਦੇ ਵੀ, ਤੁਸੀਂ ਸਾਡੀ ਇਸੇ ਤਰ੍ਹਾਂ ਹੀ ਮਦਦ ਕਰ ਸਕਦੇ ਹੋ। ਸਾਡੀਆਂ ਵੀਡੀਓ ਨੂੰ ਤੁਸੀਂ ਵਟਸਐਪ ਗਰੁੱਪਾਂ ਤੇ ਫੇਸਬੁੱਕ ਤੇ ਸ਼ੇਅਰ ਕਰਦੇ ਰਿਹਾ ਕਰੋ। ਅੱਗੇ ਟਰੈਕਟਰ ਦੇਖ ਰਹੇ ਹੋ ਜੀ, ਜੋਨ ਡੀਅਰ ਟਰੈਕਟਰ ਹੈ ਵੀਰ ਜੀ, ਇਹ 2010 ਮਾਡਲ ਹੈ ਜੀ, 5310 ਟਰੈਕਟਰ ਹੈ ਜੋਨ ਡੀਅਰ ਦਾ। 4,60,000 ਰੁਪਏ ਦੀ ਡਿਮਾਂਡ ਹੈ ਵੀਰ ਜੀ, ਏਰੀਆ ਵੀਰ ਨੇ ਦੱਸਿਆ ਨਹੀਂ ਹੋਇਆ, ਟਾਇਰ 50 ਪੈਸੇ ਹੈ ਜੀ। ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, ਜਿੱਥੇ ਤੁਸੀਂ ਕਾਲ ਕਰਕੇ ਏਰੀਆ ਫਾਈਨਲ ਰੇਟ ਪੁੱਛ ਸਕਦੇ ਹੋ ਜੀ, ਅਤੇ ਸਾਰੀ ਡਿਟੇਲ ਤੁਸੀਂ ਵੀਰਾਂ ਤੋਂ ਲੈ ਸਕਦੇ ਹੋ ਜੀ। ਲੋਕਲ ਕਿਸਾਨ ਵੀਰ ਦੇ ਘਰੇ ਖੜ੍ਹਾ, ਚਾਲੂ ਹਾਲਤ ਵਿੱਚ ਖੜ੍ਹਾ ਵੀਰ ਟਰੈਕਟਰ, ਬਹੁਤ ਸੋਹਣੀ ਕੰਡੀਸ਼ਨ ਦਾ, ਹੁੱਡ ਛਤਰੀ ਲੱਗੇ ਹੋਏ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਵੀਰ, ਸਭ ਕੁਛ ਓਕੇ ਹੈ ਵੀਰ, ਅੱਧੇ ਟਾਇਰ ਹੈ। ਅਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ, ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਜੇਕਰ ਕੋਈ ਹੋਰ ਵੀ ਸਵਾਲ ਹੈਗਾ ਤੁਸੀਂ ਕਮੈਂਟ ਬਾਕਸ 'ਚ ਪਾ ਸਕਦੇ ਹੋ। ਅਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ, ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊ ਜੀ। ਤਦ ਤੱਕ ਲਈ ਰੱਬ ਰੱਬ।